ਜਮਾ ਕਰਾ ਕੇ ਆ ਰਿਹਾ ਸੀ, ਮੇਰੇ ਗਲ ਪੈ ਗਿਆ ਜੀ ਤੇ ਮੇਰਾ ਦੰਦ ਤੋੜ ਦੇ ਕੁੱਟਿਆ ਜੀ ਮੈਨੂੰ ਬੜਾ। ਗੁਰਮੇਰ ਸਿੰਘ, ਹਲਕ ਸਿੰਘ, ਪੰਜੂ ਸਿੰਘ, ਬਾਹਰ ਦਾ ਕਿਸ ਤਰ੍ਹਾਂ ਦਾ ਮਾਹੌਲ ਹੈ? ਬਾਹਰ ਮਾਹੌਲ ਠੀਕ ਹੈ ਜੀ, ਇਸ ਤਰ੍ਹਾਂ ਕੋਈ ਪ੍ਰੋਬਲਮ ਨਹੀਂ ਜੀ। ਕਿਸ ਤਰ੍ਹਾਂ ਦਾ ਬਾਹਰ ਕੋਈ ਰੋਲਾ ਰਪਾਇਆ ਹੋਵੇ ਸਾਡੇ ਸਾਹਮਣੇ ਨਹੀਂ ਆਇਆ? ਕੋਈ ਬਾਹਰ ਆਇਆ ਉਹ ਤੋਂ ਪਰੇ ਵੱਖਰੀ ਗੱਲ ਹੈ ਜੀ, ਤੇ ਗੇਟ ਦੇ ਅੰਦਰ ਲਿਬਾਸੀ ਕੋਈ ਨਹੀਂ। ਕਿਸ ਵੇਲੇ ਤੱਕ ਚੱਲੇਗਾ ਜੀ? ਇਹ 3 ਵਜੇ ਤੱਕ ਜੀ। ਬੰਦਾ ਅਸੀਂ ਸਵੇਰੇ ਪਹਿਲਾਂ ਇੱਥੇ ਰੱਖਣ ਆਏ ਹਾਂ ਜੀ, ਸਕਿਉਰਟੀਆਂ ਜੀ ਸਰਪੰਚੀ ਦੀਆਂ, ਸਰਪੰਚੀ ਦੇ ਕੈਂਡੀਡੇਟ ਜੀ, ਅਤੇ ਇੱਥੇ ਸਵੇਰੇ ਆਣ ਕੇ ਸਾਡੇ ਗੱਲ ਪੈਣ ਲੱਗ ਪਏ, ਸਾਨੂੰ ਸਾਡੀਆਂ ਫਾਈਲਾਂ ਪਾੜਦੇ ਸੀ। ਅਸੀਂ ਪ੍ਰਸ਼ਾਸਨ ਨੂੰ ਕਿਹਾ ਜੀ ਵੀ ਸਾਡੀਆਂ ਫਾਈਲਾਂ ਪਾੜਦੇ ਨੇ, ਸਾਨੂੰ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ। ਪ੍ਰਸ਼ਾਸਨ ਦੇ ਕਹਿਣ ਤੋਂ ਬਾਅਦ ਵੀ ਇਹਨਾਂ ਨੇ ਮੁੜ ਕੇ ਸਾਡੇ 'ਤੇ ਹੱਲਾ ਪਹਿਲੀ ਵਾਰ ਫਿਰ ਬੋਲਤਾ ਜੀ, ਪਹਿਲੇ ਵੀ ਸਾਡੇ ਗੱਲ ਪੈ ਗਏ ਜੀ। ਅਸੀਂ ਭੱਜ ਕੇ ਅੰਦਰ ਦਰਖਾਸਤ ਰੱਖਣ ਗਏ, ਸਰਦਾਰ ਜਸਵੀਰ ਸਿੰਘ ਹੈ ਜੀ SHO, ਉਹਨੇ ਸਾਨੂੰ ਬਚਾਇਆ ਜੀ। ਉਸ ਤੋਂ ਬਾਅਦ ਅਸੀਂ ਫਾਈਲਾਂ ਰੱਖ ਕੇ ਆਏ ਹਾਂ ਅਤੇ ਇੱਕ ਫਾਈਲ ਸਾਡੇ ਕੋਲ ਖੋਹ ਕੇ ਲੈ ਗਏ। ਇਹ ਮੇਰਾ ਭਰਾ ਨੇ ਛੇਤੀ ਛੇਤੀ ਫਾਈਲ ਤਿਆਰ ਕਰਕੇ ਅਤੇ ਉਹ ਰੱਖਣ ਗਿਆ ਹੈ ਅਤੇ ਰੱਖ ਕੇ ਬਾਅਦ ਸਾਰਿਆਂ ਅਤੇ ਇਹਦੇ ਛੋਟੀਆਂ ਨਾਲ ਤਬਾਹ ਕਰ ਦਿੱਤੇ ਜੀ। ਕਿਹੜੇ ਪਿੰਡ ਦੀ ਪੰਚਾਇਤ? ਇਹ ਦੋਨਾਂ ਮਤ ਠਾੜ ਜੀ।